ਕਲੋਂਗ ਅਗਲੇ ਦਿਨ ਦੀ ਸ਼ੁਰੂਆਤ ਆਪਣੀ ਸਵੇਰ ਦਾ ਕਰਾਂਗੇ ਬ੍ਰੇਕਫਾਸਟ, ਅਤੇ ਬ੍ਰੇਕਫਾਸਟ ਤੋਂ ਬਾਅਦ ਫਿਰ ਨਿਕਲਾਂਗੇ ਅੱਗੇ ਵਾਲਾ ਜਿਹੜਾ ਵੀ ਕਲੋਂਗ ਦਾ ਆਸੇ ਪਾਸੇ ਵਾਲਾ ਇਲਾਕਾ ਐਕਸਪਲੋਰ ਕਰਨਾ। ਦਾਰਚਾ ਵੱਲ ਜਾਣ ਬਾਰੇ ਸੋਚ ਰਿਹਾ, ਦਾਰਚਾ ਨਿਕਲਾਂਗੇ ਅਤੇ ਚਲੋ। ਗੁੱਡ ਮਾਰਨਿੰਗ ਵਿਤਰੋ, BRO ਬਿਲਡ ਬੈਸਟ ਕੁਆਲਿਟੀ ਰੋਡਸ। BRO ਦੇ ਅੰਡਰ ਬਾਰਡਰ ਰੋਡ ਔਰਗੇਨਾਈਜੇਸ਼ਨ ਜਿੰਨਾ ਨਾਮ ਪੈ ਜਾਂਦਾ। ਸੜਕਾਂ 'ਤੇ ਨਿਕਲੇ ਹਾਂ ਆਪਾਂ, ਸੋਚਿਆ ਕਿ ਇੱਥੇ ਜਿਹੜਾ ਲਾਸਟ ਪੈ ਜਾਂਦਾ ਨਾ ਦਾਰਚਾ ਜਾ ਕੇ ਆਇਆ ਜਾਵੇ ਕਲੋਂਗ ਤੋਂ। ਉਹ ਪੈ ਜਾਂਦਾ ਹੋਣਾ 40-45 ਕਿਲੋਮੀਟਰ ਦੇ ਕਰੀਬ ਹੋਣਾ, ਆਈਡੀਆ ਨਹੀਂ ਹੈਗਾ ਜ਼ਿਆਦਾ। ਅਤੇ ਇਹ ਹੈਗਾ ਸਾਰਾ ਰਸਤਾ, ਠੀਕ ਆ। ਟਰੱਕ ਚੱਲਦੇ ਆ ਬਾਰਡਰ ਵਾਲਾ, ਲਾਹੌਰ ਸਪੀਤੀ, ਲਾਹੌਰ ਲਾਸਟ ਹਿੱਸਾ ਪੈ ਜਾਂਦਾ ਹਿਮਾਚਲ ਦਾ। ਇਸ ਤੋਂ ਬਾਅਦ ਲੱਦਾਖ ਸਟਾਰਟ ਹੋ ਜਾਏਗਾ, ਦਾਰਚਾ ਤੋਂ ਬਾਅਦ ਲੱਦਾਖ ਸਟਾਰਟ ਹੋ ਜਾਏਗਾ, ਲੱਦਾਖ ਦੀਆਂ ਵਾਦੀਆਂ ਅਤੇ ਪੂਰਾ ਜਿਹੜਾ ਡੈਜ਼ਰਟ ਆ। ਇੱਥੇ ਆਪਾਂ ਲਿਫਟ ਲਵਾਂਗੇ, ਜੇ ਲਿਫਟ ਮਿਲ ਗਈ ਤਾਂ ਠੀਕ ਹੈ, ਇੱਥੇ ਝੱਟ ਰੋਕ ਚੱਲਣੇ। ਮੈਂ ਤਾਂ ਕਹਿੰਦਾ ਲਿਫਟ 'ਤੇ ਚੱਲਾਂਗੇ, ਕਿਉਂਕਿ ਥਕਾਵਟ ਹੋ ਜਾਵੇ ਜੀ। ਪਹਾੜੀ ਇਲਾਕੇ 'ਚ ਘੁੰਮਣਾ ਨਾ ਕੋਈ ਵੱਡੀ ਗਰਾਰੀ ਨਹੀਂ ਜੀ, ਬਸ ਥੋੜ੍ਹਾ ਜਿਗਰਾ ਚਾਹੀਦਾ, ਜਿਗਰਾ ਹੋਵੇ। ਜਿਵੇਂ ਮੈਂ ਆਇਆ ਹੋਇਆ, ਸਾਰਾ ਸਮਾਨ ਮੇਰਾ ਕਲੋਂਗ ਪਿਆ ਹੈ, ਹੁਣ ਮੈਂ ਦਾਰਚਾ ਨਿਕਲ ਪਿਆ। ਰਾਤ ਹੋਣ ਤੋਂ ਪਹਿਲਾਂ ਆਪਾਂ ਮੋੜ ਆਵਾਂਗੇ, ਐਡੀ ਗੱਲ ਨਹੀਂ ਹੈਗੀ, ਠੀਕ ਹੈ। ਭਾਜੀ ਹੋਰਾਂ ਕੋਲ ਸਮਾਨ ਰੱਖਿਆ ਦੁਕਾਨ ਦੇ ਉੱਤੇ, ਉਹਨਾਂ ਨਾਲ ਹੀ ਰੁਕੇ ਹੋਏ ਹਾਂ ਇੱਕ ਦੋ ਦਿਨ। ਕੱਲ੍ਹ ਰਾਤੀ ਉਹਨਾਂ ਨਾਲ ਸੁੱਤੇ ਸੀ, ਪਰਸੋਂ ਆਪਾਂ ਟੈਂਟ ਲਾਇਆ ਸੀ, ਅੱਜ ਫਿਰ ਆਪਾਂ ਉਹਨਾਂ ਨੂੰ ਰੁਕਾਂਗੇ। ਲਾਈਫ ਇਜ਼ ਪ੍ਰੀਸ਼ੀਅਸ, ਡੂ ਨਾਟ ਸਪੋਇਲ ਇਟ, ਇਹੋ ਜਿਹੇ ਸਲੋਗਨ ਲਿਖੇ ਹੋਏ ਮਿਲਣਗੇ। ਇਲਾਕਾ ਯਾਰ ਕਿੰਨਾ ਸ਼ਾਂਤ ਹੈ, ਇੱਧਰੋਂ ਗੱਡੀ ਆਵੇ ਦੀ ਅਤੇ ਇੱਧਰ ਚਲੀ ਜਾਵੇ ਦੀ, ਕਿਆ ਬਾਤ ਆ। ਸ਼ਾਂਤੀ ਵੇਖੋ, ਠੰਡੀ ਹਵਾ, ਸੁੰਨ ਨਜ਼ਾਰੇ, ਬੁੱਲੇ ਲੁੱਟੋ ਬੁੱਲੇ ਜ਼ਿੰਦਗੀ ਦੇ। ਸੇਬ ਰੱਖਿਆ ਹੋਇਆ ਸੀ ਮੈਂ, ਠੀਕ ਹੈ, ਲੋੜ ਪੈਣ 'ਤੇ ਖਾਣ ਵਾਸਤੇ। ਸੇਬ ਬੜੇ ਮਿੱਠੇ ਇੱਥੋਂ ਦੇ ਯਾਰ। ਉਹ ਸਾਹਮਣੇ ਜਿਹੜੀ ਪਹਾੜੀ ਹੈਗੀ ਹੈ ਨਾ, ਉਹਦੇ ਨਾਲ ਜਿਹੜੀ ਪਿੱਛੇ ਪਹਾੜੀ ਉੱਥੇ ਹੈਗਾ ਗਲੇਸ਼ੀਅਰ, ਅਤੇ ਇੱਧਰ ਜਿਹੜੀ ਪਹਾੜੀ ਹੈਗੀ ਹੈ ਇਹਦੇ ਪਿੱਛੇ ਜਿਹੜੇ ਝਾੜੀਆਂ ਦੇ, ਇੱਧਰ ਵੀ ਗਲੇਸ਼ੀਅਰ ਹੈਗੇ ਨੇ, ਠੀਕ ਆ। ਥੱਲੇ ਆ ਘਰ ਹੈਗੇ ਨੇ ਕੁਛ, ਸੇਬਾਂ ਦੇ ਨਜ਼ਾਰੇ ਲਓ ਸੇਬਾਂ ਦੇ। ਜਿਹੜੇ ਪਾਸੇ ਆਪਾਂ ਚੱਲੇ ਹਾਂ ਨਾ ਦਾਰਚਾ, ਉਹ ਲਾਸਟ ਵਿਲੇਜ ਪੈ ਜਾਏਗਾ। ਜਦੋਂ ਪਿਛਲੀ ਵਾਰੀ ਆਏ ਸੀ ਨਾ ਅਸੀਂ, ਮੈਂ, ਗੋਰਾ ਅਤੇ ਅਮਨ, ਉਦਾਂ ਸਾਨੂੰ ਇੱਕ ਇੱਥੇ ਹੋਏਗਾ ਸੀ, ਫੌਜੀ ਹੈਗੇ ਸੀ, ਲੈਫਟੀਨੈਂਟ ਸੀ ਸ਼ਾਇਦ, ਪਤਾ ਨਹੀਂ ਕੌਣ ਸੀ, ਅਤੇ ਮੈਂ ਭੁੱਲ ਗਿਆ ਐਗਜੈਕਟ। ਉਹਨਾਂ ਨੇ ਸਾਨੂੰ ਮਤਲਬ ਰੁਕਣ ਵਾਸਤੇ ਜਗ੍ਹਾ ਦਿੱਤੀ ਸੀ, ਕਹਿੰਦੇ ਸਾਡੇ ਨਾਲ ਚੱਲੋ, ਉਹ ਲੈ ਕੇ ਗਏ ਸੀ। ਤਾਂ ਬੜੇ ਐਕਸਪੀਰੀਅੰਸ ਨੇ ਕਿ ਆਪਣੇ ਚੱਲੇ ਜਿਹੜੇ ਲੱਦਾਖ ਤੋਂ ਆਏ ਰਹੇ ਮੋਟਰਸਾਈਕਲਾਂ 'ਤੇ। ਇਹੀ ਲੱਦਾਖ ਨੂੰ ਰਸਤਾ ਜਾਂਦਾ, ਠੀਕ ਹੈ, ਆਹ ਚਲਾ ਜਾਂਦਾ ਮਨਾਲੀ ਵਾਲੇ ਪਾਸੇ, ਉਸ ਤੋਂ ਬਾਅਦ ਆਹ ਲੱਦਾਖ ਨੂੰ ਪੈਂਗੋਂਗ ਲੇਕ, ਨੁਬਰਾ ਵੈਲੀ, ਉਸ ਤੋਂ ਬਾਅਦ ਕਾਰਗਿਲ, ਕਸ਼ਮੀਰ, ਐਂ ਆ ਸਾਰੀਆਂ ਵਾਦੀਆਂ। ਇੱਥੇ ਤਾਂ ਜਿਵੇਂ ਝਾੜੀਆਂ ਦਿਸ ਰਹੀਆਂ ਨਾ, ਦਰਖਤ ਵੇਖ ਲਓ ਇਸ ਤਰ੍ਹਾਂ ਦੇ, ਜਿਵੇਂ ਤੁਸੀਂ ਦਾਰਚਾ ਟੱਪੋਗੇ ਕੰਮ ਖਤਮ ਆ ਜਮਾਂ। ਮਤਲਬ ਉਹਨੂੰ ਤਾਂ ਐਂ ਇੱਕ ਡੈਜ਼ਰਟ ਕਹਿੰਦੇ ਆ, ਉਹ ਨਹੀਂ ਹੁੰਦਾ ਜਿਵੇਂ ਰੇਗਿਸਤਾਨ ਹੋ ਗਿਆ, ਰੇਗਿਸਤਾਨ ਰੇਤ ਦਾ ਰੇਗਿਸਤਾਨ, ਉਵੇਂ ਉਹ ਵੀ ਉੱਥੇ ਰੇਤ ਤਾਂ ਨਹੀਂ ਹੈਗੀ, ਪਰ ਪਹਾੜੀਆਂ ਦਾ ਡੈਜ਼ਰਟ ਆ, ਕੋਈ ਰੁੱਖ ਨਹੀਂ, ਕੋਈ ਜੜੀ, ਬਸ ਝਾੜੀਆਂ ਬੂਟੀਆਂ ਛੋਟੀਆਂ ਛੋਟੀਆਂ ਜਿਹੀਆਂ, ਜਿੱਥੇ ਡੱਡ ਚੂਹੇ ਰਹਿੰਦੇ ਮੋਟੇ ਮੋਟੇ, ਉਹ ਵਾਲਾ ਇਲਾਕਾ। ਤਾਂ ਅੱਜ ਕੱਲ੍ਹ ਵੈਸੇ ਵੀ ਰਸਤਾ ਥੋੜ੍ਹਾ ਜਿਹਾ ਲੈਂਡ ਸਲਾਈਡ ਵਾਲਾ ਮਸਲਾ ਜਾਏਗਾ ਨਾ, ਤਾਂ ਕਰਕੇ ਇੱਧਰ ਤਾਂ ਲੈਂਡ ਸਲਾਈਡ ਹੋਈ ਕੋਈ ਨਹੀਂ ਜ਼ਿਆਦਾ, ਪਰ ਹਿਮਾਚਲ 'ਚ ਬਾਹਲੀ ਹੋਈ ਸੀ, ਠੀਕ ਹੈ। ਬਸ ਵੇਟ ਕਰ ਰਹੇ ਹਾਂ, ਅੱਧਾ ਘੰਟਾ ਹੋ ਗਿਆ, ਕੋਈ ਨਹੀਂ ਆਇਆ।
ਤੇ ਡਾਚਾ ਡਾਚਾ 6 ਕਿਲੋਮੀਟਰ 6-7 ਜਸਟ 17 ਕਿਲੋਮੀਟਰ ਆ ਗਿਆ। ਪੱਚੀ ਕਿਲੋਮੀਟਰ ਰਹਿ ਗਿਆ ਤੇ ਦਾਰਚਾ, 17 ਕਿਲੋਮੀਟਰ ਜਿਸਪਾ, 6 ਕਿਲੋਮੀਟਰ ਦਾਰਚਾ। ਲਦਾਖੀ ਰਾਈਡਰਸ ਇੱਥੇ ਲੈਂਡਸਲਾਈਡ ਹੋਈ ਸੀ ਆਹ ਵਾਲੀ ਜਗ੍ਹਾ 'ਤੇ। ਆਹ ਵੇਖੋ ਮਲਬਾ ਪਿਆ ਨਾ। ਇੱਥੋਂ ਅੱਗੇ ਆਪਾਂ ਜਾ ਨਹੀਂ ਸਕਦੇ, ਥੱਲੇ ਮਤਲਬ ਕਹਿ ਰਹੇ ਨੇ 5000 ਦਾ ਜੁਰਮਾਨਾ ਦੱਸਿਆ ਪਤੰਦਰਾਂ ਨੇ। ਉਹ ਸਾਹਮਣੇ ਲਾਸਟ ਪਿੰਡ ਹੈਗਾ ਦਾਰਚਾ, ਠੀਕ ਹੈ। ਆਸ਼ਟਾ ਰਹਿ ਗਿਆ ਉੱਪਰ ਥੋੜ੍ਹਾ ਜਿਹਾ, ਅਤੇ ਉਹ ਜਾਂ ਦਾਰਚਾ ਹੈਗਾ ਨੇ। ਇਸ ਤੋਂ ਬਾਅਦ ਉਹ ਜਿਹੜੀ ਸੜਕ ਜਾ ਰਹੀ ਉੱਪਰ, ਇਹ ਜਾਏਗੀ ਸਿੱਧਾ ਲੱਦਾਖ, ਲੇਹ ਲੱਦਾਖ। ਆਹ ਵੇਖੋ ਗੱਡੀਆਂ ਖਰਾਬ ਹੋ ਜਾਂਦੀਆਂ ਨੇ, ਔਖਾ ਬੜਾ। ਬੇਸਿਕਲੀ ਇਹ ਸਰਹੱਦ ਹੈਗੀ ਆ ਲੱਦਾਖ ਅਤੇ ਕਿਲੋਂਗ ਦੇ ਇੱਧਰ ਹਿਮਾਚਲ ਦੀ। ਇੱਥੋਂ ਮਤਲਬ 10-15 ਕਿਲੋਮੀਟਰ ਤੁਸੀਂ ਅੱਗੇ ਜਾਓਗੇ ਨਾ, ਉਸ ਤੋਂ ਬਾਅਦ ਤਾਂ ਨੈਟਵਰਕ ਵੀ ਨਹੀਂ ਫੜੇਗਾ, ਨੈਟਵਰਕ ਖਤਮ ਹੋ ਜਾਏਗਾ ਉਸ ਤੋਂ ਬਾਅਦ। ਪਿਛਲੀ ਵਾਰੀ ਜਦੋਂ ਮੈਂ ਆਇਆ ਸੀ ਰਾਸਤਾ ਜਾ ਰਿਹਾ ਸੀ ਤਾਂ ਲੱਦਾਖ ਨੂੰ, ਹਵਾ ਬੜੀ ਤੇਜ਼ ਚੱਲੀ ਹੋਈ ਯਾਰ, ਇੱਕ ਤਾਂ ਹਵਾ ਨੇ ਨਵਾਲੀ ਅੱਤ ਮਚਾਈ ਹੋਈ ਯਾਰ। ਉਹ ਆਟੋ ਚੱਲਣ ਇਹਦੇ 'ਚ ਹੈਗੇ ਨੇ ਫੋਰਨਰ, 4-5 ਆਟੋ ਹੈਗੇ ਨੇ ਅੱਗੇ ਪਿੱਛੇ ਤੁਰੇ ਫਿਰਦੇ ਨੇ। ਅਤੇ ਆਹ ਹੈਗਾ ਏ ਲੋਂਗੈਸਟ ਬ੍ਰਿਜ ਆਫ ਹੋਲ ਐਂਡ ਸਪਿਟੀ ਵੈਲੀ, ਉੱਥੇ ਬੋਰਡ ਲੱਗਿਆ ਹੋਇਆ ਵੀ VRO ਨੇ ਬਣਾਇਆ ਪਹਾੜੀ ਇਲਾਕਾ। ਇਹਨਾਂ ਨੇ ਲੱਦਾਖ ਜਾਣਾ ਮੈਨੂੰ ਲੱਗਦਾ, ਆਟੋ 'ਤੇ ਲੱਦਾਖ ਜਾਣਗੇ, ਲੱਦਾਖ ਤੋਂ ਬਾਅਦ ਹੋ ਸਕਦਾ ਕਸ਼ਮੀਰ ਨਿਕਲ ਜਾਵਣ। ਕਿੰਨੇ ਟਾਈਮ ਦੀ ਛੁੱਟੀ ਲੈ ਕੇ ਆਏ ਹੋਏ ਇਹਨੇ। ਆਹ ਜਿਹੜਾ ਚੱਲਾ ਨਾ ਡੀਜ਼ਲ ਵਾਲਾ ਟੈਂਕਰ, ਇਹ ਵੀ ਲੱਦਾਖ ਜਾ ਰਿਹਾ। ਉਹ ਆਪਣੇ ਪੰਜਾਬ ਦੇ ਭਾਜੀ ਗਏ ਨੇ ਜਿਹੜੇ ਬੈਠੇ ਨੇ, ਅਤੇ ਸਾਹਮਣੇ ਦਾਰਚਾ ਪਿੰਡ। ਆਹ ਲੱਦਾਖ ਵਾਲੀ ਟੀਮ ਚੱਲੀ ਜੇ ਲੱਦਾਖ, ਜਿਸਪਾ ਰਹਿ ਗਿਆ 4 ਕਿਲੋਮੀਟਰ। ਉਹ ਪਿੱਛੇ ਗੁਰ ਜੋੜੀ ਆਉਂਦੀ ਪਈ, ਜੋੜੀ ਨਹੀਂ ਟੀਮ ਆਉਂਦੀ ਪਈ, ਬਾਈਕਾਂ ਵਾਲੀ ਟੀਮ। ਲੱਦਾਖ ਦਾ ਇਲਾਕਾ ਸਾਹਮਣੇ ਪੈ ਜਾਏਗਾ, ਹਾਲੇ ਤਾਂ ਬੜੀ ਦੂਰ ਜਾਣਾ। ਬਾਈ ਹੋਰਾਂ ਨੇ ਭੇਡਾਂ ਰੱਖੀਆਂ ਹੋਈਆਂ, ਦਿਸਿਆ ਕੋਈ ਨਹੀਂ, ਉਹ ਚਰਾਉਂਦਾ ਫਿਰਦਾ। ਆਹ ਵੇਖੋ ਇੱਥੇ ਯਾਕ ਯੂਕ ਨਹੀਂ ਹੈਗੇ, ਭੇਡਾਂ ਹੀ ਹੁੰਦੀਆਂ ਨੇ, ਉਹ ਵੀ ਵਿਰਲੀਆਂ ਰਵਾਂਝੀਆਂ। ਅਤੇ ਦਾਰਚਾ ਲੋਂਗੈਸਟ ਬ੍ਰਿਜ ਆਫ ਲਾਹੌਲ ਐਂਡ ਸਪਿਤੀ ਵੈਲੀ, ਉਹ ਜਿਹੜੇ ਚੱਲੇ ਟਰੱਕ ਲੱਦਾਖ 'ਤੇ ਉਹ ਲਗਾ ਆਉਂਦਾ ਲੱਦਾਖੋਂ। ਆਹ ਰਿਵਰ ਹੈਗੀ ਹੈ ਚੰਦਰਭਾਗਾ, ਚੰਦਰਭਾਗਾ ਹੀ ਨਾਮ ਹੋਣਾ ਇਹਦਾ। ਇੱਧਰੋਂ ਨਾ ਇੱਕ ਪਹਿਲਾਂ ਰੂਟ ਜਾਂਦਾ ਹੁੰਦਾ ਸੀ, ਇੱਕ ਟਰੈਕ ਜਾਂਦਾ ਹੁੰਦਾ ਸੀ, ਬੜਾ ਲੰਮਾ ਹੁੰਦਾ ਸੀ, ਜਦੋਂ ਕਚਰਾਂ 'ਤੇ ਜਾਂਦੇ ਹੁੰਦੇ ਸੀ, ਫੋਰਨਰ ਲਾਉਂਦੇ ਸੀ ਉਹ ਰੂਟ ਨੂੰ। ਆਪਾਂ ਹੁਣ ਵਾਪਸ ਜਾਣ ਦੀ ਤਿਆਰੀ ਕਰ ਰਹੇ ਹਾਂ ਕਿ ਕੋਈ ਲਿਫਟ ਮਿਲੇ, ਲਿਫਟ ਨਹੀਂ ਮਿਲਦੀ ਯਾਰ, ਇੱਕ ਤਾਂ ਜਲਦੀ ਨਾ ਇੱਥੇ, ਪਤਾ ਨਹੀਂ ਜਨਤਾ ਖਾਲੀ ਟਰੱਕ ਲੈ ਜਾਂਦੇ ਨੇ ਪਰ ਘੱਟ ਵੱਧ ਬਿਠਾਉਂਦੇ ਨੇ, ਕਈ ਬਿਠਾ ਲੈਂਦੇ ਨੇ ਜਿਹੜੇ ਬਾਹਲੇ ਚੰਗੇ ਹੁੰਦੇ ਨੇ ਨੇਚਰ ਤੋਂ, ਜਿਹੜੇ ਚੰਗੇ ਹੁੰਦੇ ਨੇ। ਬਸ ਫਿਰ ਹੀ ਚੜ੍ਹਨੀ ਜ਼ਿਆਦਾ ਆਪਾਂ, ਬਸ ਲਿਫਟ ਮਿਲ ਜਾਵੇ।
ਜਾਵੇ। ਇੱਕ ਟਰੱਕ ਆ ਧਰਿਆ ਦੇਖੋ ਕੀ ਬੰਦਾ, ਆਪਾਂ ਵਾਪਸ ਤੋਂ ਕਲੋਂਗ ਜਾਵਾਂਗੇ। ਸ਼ਾਇਦ ਉੱਥੇ ਰੁਕ ਗਿਆ ਯਾਰ ਟਰੱਕ ਦਾ, ਕੋਈ ਵਹੀਕਲ ਵੀ ਨਹੀਂ ਆ ਰਿਹਾ। ਵੈਸੇ ਨਾ ਇੱਥੋਂ ਦੀ ਪਹਾੜੀਆਂ ਬੜੀਆਂ ਸੁੰਦਰ ਨੇ ਯਾਰ, ਉੱਪਰ ਥੋੜ੍ਹੇ ਥੋੜ੍ਹੇ ਗਲੇਸ਼ੀਅਰ ਜੰਮੇ ਹੋਏ ਨੇ, ਥੋੜ੍ਹੀ ਥੋੜ੍ਹੀ ਜਿਵੇਂ ਗਲੇਸ਼ੀਅਰ 'ਤੇ ਬਰਫ਼ ਜੰਮੀ ਹੁੰਦੀ ਹੈ ਨਾ, ਉਵੇਂ ਜੰਮੀ ਹੋਈ ਹੈ। ਇਹਦੇ ਪਿੱਛੇ ਆਪਾਂ ਉੱਡ ਕੇ ਤਾਂ ਜਾ ਨਹੀਂ ਸਕਦੇ ਪਿੱਛੇ ਇਹਦੇ ਕੀ ਸਿਸਟਮ ਹੈਗਾ, ਕਿਉਂਕਿ ਇਹਦੇ ਪਿੱਛੇ ਮੈਨੂੰ ਲੱਗ ਰਿਹਾ ਥੋੜ੍ਹੀ ਜ਼ਿਆਦਾ ਬਰਫ਼ ਜੰਮੀ ਹੋਏਗੀ ਇਹ ਪਹਾੜੀ ਦੇ ਪਿੱਛੇ ਜਿਵੇਂ। ਚਲੇ ਢਿੱਡ ਭਰ ਜਾਏਗਾ ਤੇਰੇ ਨਾਲ ਪੱਕਾ ਮਾਮਾ ਜੀ।